ਜਾਂਦਾ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰੇ ਵੀਰੋ ਇਹ ਹੈ ਗੋਰਾ ਭੈਣੀ ਵਾਹੀਏ ਵਾਲਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਨਾ ਇਸ ਲਈ ਗੋਰੇ ਦੀ ਕਬੱਡੀ ਤੇ ਸ਼ਾਹੀ ਪਰਿਵਾਰ ਤੇ ਖੱਖ ਪਰਿਵਾਰ ਦੋਨੋਂ ਪਰਿਵਾਰ ਦਰਸ਼ਨ ਸਿੰਘ ਜੀ ਖੱਖ ਅਮਰਜੀਤ ਸਿੰਘ ਜੀ ਖੱਖ ਮੰਨਾ ਖੱਖ ਜੀ ਤੇ ਸਾਡੇ ਮਨੋਹਰ ਲਾਲ ਜੀ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਆ ਜਿਨ੍ਹਾਂ ਵੱਲੋਂ ਕਹਿੰਦੇ ਅੱਜ ਬੈਸਟ ਜਾਫੀ ਦੀ ਜਿਹੜੀ ਜੀਪ ਮੇਰੇ ਵੀਰੋ ਦਿੱਤੀ ਜਾਣੀ ਹੈ ਖੱਖ ਪਰਿਵਾਰ ਅਤੇ ਮਨੋਹਰ ਲਾਲ ਜੀ ਸਾਡੇ ਯੂਐਸਏ ਵਾਲੇ ਉਹ ਵੀ ਸਾਡੇ ਦਰਮਿਆਨ ਪੁੱਜੇ ਆ ਬਹੁਤ ਬਹੁਤ ਧੰਨਵਾਦ ਲਓ ਸਾਡੇ ਦਲਜੀਤ ਸਿੰਘ ਜੀ ਨਡਾਲਾ ਉਹਨਾਂ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦੇ ਆ ਜੇ ਮੈਚ ਵਧੀਆ ਲੱਗਦਾ ਤੇ ਇੱਕ ਤਾੜੀ ਮਾਰ ਕੇ ਦੱਸ ਦਿਓ ਦਰਸ਼ਕ ਵੀਰੋ ਅਗਲੇ ਮੈਚ ਦੀਆਂ ਟੀਮਾਂ ਵੀ ਪੁੱਜੀਆਂ ਨੇ ਤੇ ਸੁਖਵੀਰ ਸਿੰਘ ਜੀ ਚਹਾਨ ਤੇ ਇੰਦਰਜੀਤ ਪੰਡਾ ਜੀ ਨੂੰ ਮੈਂ ਸਤਿਕਾਰ ਸਹਿਤ ਬੇਨਤੀ ਕਰਾਂਗਾ ਵੀ ਉਹ ਅਗਲੇ ਮੈਚ ਦੇ ਲਈ ਤਿਆਰ ਰਹਿਣਗੇ ਨਿੱਪਾ ਨਲ ਮਾਣ ਕੇ ਵਾਲਾ ਖੇਡ ਮੈਦਾਨ ਦੇ ਵਿੱਚ ਹੁਣ ਜਫਾ ਲਾ ਰਿਹਾ ਹੈ ਲਓ ਬੱਲੇ ਬੱਲੇ ਹੋਈ ਪਈ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਸਮਾਂ ਬੀਤਦਾ ਜਾ ਰਿਹਾ ਹੈ ਲਓ ਮੁੰਡਾ ਭੱਜ ਤੁਰਿਆ ਹੈ ਤੇ ਇਸ਼ਾਰਾ ਕੀ ਹੈ ਵੀ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਕਿ ਰੇਡਰ ਦੇ ਲਈ ਭੱਜ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਲੈ ਵੀ ਕਾਲੇ ਬਾਗੜੀਆਂ ਵਾਲਾ ਸਵਾਦ ਹੀ ਵੱਖਰਾ ਹੋ ਗਿਆ ਅੱਜ ਨਡਾਲੇ ਦੇ ਵਿੱਚ ਸਿਰੇ ਦੀਆਂ ਟੀਮਾਂ ਪੁੱਜੀਆਂ ਹੋਈਆਂ ਨੇ ਐਨ ਆਰ ਆਈ ਵੀਰਾਂ ਨੇ ਕਹਿੰਦੇ ਵੱਡੇ ਯੋਗਦਾਨ ਨੇ ਲਓ ਸਾਹਮਣੇ ਫੜਿਆ ਗੁੱਟ ਵੱਜ ਗਈ ਕੈਂਚੀ ਸਮਾਂ ਬੀਤਦਾ ਜਾ ਰਿਹਾ ਲਓ ਸਾਹਮਣੇ ਇਸ ਵੇਲੇ ਇਹ ਹੈ ਸਾਮਾ ਮੇਰੇ ਵੀਰੋ ਬਿੱਲਾ ਐਮ ਸੀ ਜੀ ਸਾਡੇ ਦਰਮਿਆਨ ਆਏ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਲਾਡਾ ਜੀ ਪਧਾਸ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1.5 ਲੱਖ ਦਾ ਸਾਡੇ ਮੰਗਲ ਸਿੰਘ ਜੀ ਭੰਡਾਲ ਯੂਐਸਏ ਵਾਲੇ ਮੇਰੇ ਵੀਰ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਦੂਸਰਾ ਪ੍ਰਾਈਜ਼ ਕੁਲਵਿੰਦਰ ਸਿੰਘ ਜੀ ਬੱਪਲ 1 ਲੱਖ ਰੁਪਏ ਦਾ ਦੇਣਗੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲਓ ਖੇਡ ਮੈਦਾਨ ਦੇ ਵਿੱਚ ਪਿੱਠੋ ਵਾਲਾ ਸ਼ੀਰਾ ਬਾਹੋਂ ਸ਼ੀਰਿਆ ਦੂਜੇ ਪਾਸੇ ਚੜ੍ਹਦੀ ਬਰੇਸ ਦਾ ਉੱਡ ਗਈ ਧੂੜ ਮਾਂ ਮਿੱਟੀ ਦੀ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਪਿੱਠੋ ਵਾਲੇ ਸ਼ੀਰੇ ਦਾ ਜਿਹੜੇ ਸ਼ੀਰੇ ਪਿੱਠੋ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀ ਮਾਰਨਗੇ ਪਿੱਠੋ ਵਾਲਾ ਸ਼ੀਰਾ ਵੀ ਦੁਨੀਆ ਦਾ ਮਹਾਨ ਜਾਫੀ ਹੈ ਲਓ ਹੀਰਾ ਤਲਵੰਡੀ ਚੌਧਰੀਆਂ ਵਾਲਾ ਲਓ ਉਧਰ ਸਾਡੇ ਸੁੱਖਾ ਕਾਖੜ ਜੀ ਸੁੱਖ ਸਾਗਰ ਐਂਟਰਟੇਨਮੈਂਟ ਦੀ ਗੱਲ ਹੁੰਦੀ ਹੈ ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਵੱਡੇ ਪ੍ਰਮੋਟਰ ਸੁੱਖਾ ਕਾਖੜ ਜੀ ਧੰਨਵਾਦ ਲਓ ਖੇਡ ਮੈਦਾਨ ਅੰਦਰ ਮੇਰੇ ਵੀਰੋ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਬੈਸਟ ਰੇਡਰ ਦੇ ਲਈ ਸ਼ਾਹੀ ਪਰਿਵਾਰ ਵੱਲੋਂ ਜੀਪ ਦਿੱਤੀ ਜਾ ਰਹੀ ਹੈ ਗਿੰਦੇ ਸ਼ਾਹੀ ਉਹਨਾਂ ਦਾ ਬੱਬਲ ਸ਼ਾਹੀ ਉਹਨਾਂ ਦਾ ਯਸ ਸ਼ਾਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬੈਸਟ ਜਾਫੀ ਦੀ ਜਿਹੜੀ ਜੀਪ ਹੈ ਦਰਸ਼ਨ ਸਿੰਘ ਜੀ ਖੱਖ ਯੂਐਸਏ ਅਮਰਜੀਤ ਸਿੰਘ ਜੀ ਖੱਖ ਵਾਲੀਬਾਲ ਖਿਡਾਰੀ ਰਹੇ ਨੇ ਮੇਰੇ ਵੀਰੋ ਮੰਨਾ ਖੱਖ ਤੇ ਉਹਨਾਂ ਦੇ ਨਾਲ ਮਨੋਹਰ ਲਾਲ ਜੀ ਯੂਐਸਏ ਵਾਲੇ ਖੱਖ ਪਰਿਵਾਰ ਤੇ ਮਨੋਹਰ ਲਾਲ ਜੀ ਯੂਐਸਏ ਅੱਜ ਕਹਿੰਦੇ ਸਾਂਝੇ ਤੌਰ ਤੇ ਦੂਜੀ ਜਿਹੜੀ ਜੀਪ ਦੇ ਰਿਹਾ ਮੇਰੇ ਵੀਰੋ ਬੈਸਟ ਮੇਰੇ ਵੀਰੋ ਜਾਫੀ ਦੀ ਬੈਸਟ ਜਿਹੜਾ ਪਹਿਲਾ ਪ੍ਰਾਈਜ਼ ਹੋਊਗਾ ਉਹ ਸਾਡੇ ਮੰਗਲ ਸਿੰਘ ਜੀ ਭੰਡਾਲ ਯੂਐਸਏ ਵਾਲੇ ਤੇ ਨਾਲ ਕੁਲਵਿੰਦਰ ਸਿੰਘ ਜੀ ਬੱਬਲ ਉਹਨਾਂ ਵੱਲੋਂ ਮੇਰੇ ਵੀਰੋ ਲਗਾਤਾਰ ਪਹਿਲਾ ਤੇ ਦੂਜਾ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਹੈ ਲਓ ਸਾਹਮਣੇ ਨੌਜਵਾਨ ਨਾਨਕ ਮੁੰਡੀ ਸ਼ਹਿਰੀਆਂ ਵਾਲਾ ਬਤੌਰ ਧਾਵੀ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ ਹੈ ਨਾਨਕ ਕਬੱਡੀਆਂ ਪਾ ਰਿਹਾ ਕਿਤੇ ਜੱਫੇ ਲਾਉਂਦਾ ਹੈ ਲਓ ਨਾਨਕ ਦੀ ਰੇਡ ਅੰਬੂ ਦੇ ਨਾਲ ਮੁਕਾਬਲਾ ਲਓ ਅੰਬੂ ਘੱਲਾਂ ਵਾਲਾ ਤੇ ਨਾਨਕ ਖੇਡ ਮੈਦਾਨ ਦੇ ਦਰਮਿਆਨ ਮੇਰੇ ਵੀਰੋ ਦੋਨੋਂ ਬਤੌਰ ਜਾਫੀ ਖੇਡਦੇ ਖੇਡ ਕਬੱਡੀ ਦੇ ਵਿੱਚ ਪੁਆਇੰਟ ਨਾਨਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸੁਖਵੀਰ ਸਿੰਘ ਜੀ ਚੌਹਾਨ ਤੇ ਸਾਡੇ ਇੰਦਰਜੀਤ ਸਿੰਘ ਜੀ ਪੱਡਾ ਸਾਹਿਬ ਕਿ ਪੱਡਿਆਂ ਦੇ ਸੁਖੀ ਦੇ ਤਾਂ ਜੱਗ ਗੀਤ ਗਾਉਂਦਾ ਏ ਸੁਖੀ ਲੱਖਣ ਕੇ ਪੱਡੇ ਦਾ ਦੁਨੀਆ ਦਾ ਮਹਾਨ ਤੇ ਜਿੱਥੇ ਕਹਿੰਦੇ ਇਬਰਾਹਿਮ ਬਾਲ ਦਾ ਸੋਨੂ ਦਲਜੀਤ ਸਿੰਘ ਜੀ ਨਡਾਲਾ ਸਾਹਿਬ ਵੱਡੀਆਂ ਰੌਣਕਾਂ ਨੇ ਦੁਨੀਆ ਐਨ ਕੋਠਿਆਂ ਤੇ ਚੜੀ ਹੋਈ ਹੈ ਇਹ ਵੇਟ ਕਰਦੇ ਆ ਵੀ ਜੀਪਾ ਕੌਣ ਜਿੱਤੂਗਾ ਹਜ਼ਾਰਾਂ ਦੀ ਗਿਣਤੀ ਕਹਿੰਦੇ ਕਬੱਡੀ 365.com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਵੇਖਣ ਵਾਲੀ ਸੰਗਤ ਦੀ ਹੈ ਉਹਨਾਂ ਦੀ ਅੱਖ ਹੈ ਮੇਰੇ ਵੀਰੋ ਅੱਜ ਨਡਾਲੇ ਤੇ ਨਡਾਲੇ ਤੇ ਕਹਿੰਦੇ ਅੱਜ ਸਾਰੇ ਕਬੱਡੀ ਦੇ ਪ੍ਰੇਮੀਆਂ ਦੀ ਅੱਖ ਹੈ ਵੀ ਕੌਣ ਜੀਪਾਂ ਜਿੱਤਦਾ ਇਸ ਸਮੇਂ ਦੀ ਇਹ ਰਵੀ ਮਤਲੌਡੇ ਵਾਲਾ ਵੱਡੇ ਸਟਾਰ ਪੁੱਜੇ ਹੋਏ ਆ ਕਹਿੰਦੇ ਤੇ ਵੱਡੀਆਂ ਗੱਲਾਂ ਮੇਰੇ ਵੀਰੋ ਸੈਮੀ ਫਾਈਨਲ ਮੈਚਾਂ ਦੇ ਵਿੱਚ ਉੜ ਗਈ ਹੈ ਲਓ ਰਵੀ ਦੀ ਇਸ ਵੇਲੇ ਰੇਡ ਹਰਿਆਣੇ ਵਾਲੇ ਦੀ ਚਾਰ ਜਾਫੀਆਂ ਵਿੱਚੋਂ ਨੌਜਵਾਨ ਦੀ ਕੀਤੀ ਹੋਈ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ
ਕਿ ਲੱਥ ਜਾਂਦੀ ਭੁੱਖ ਦੇਖ ਗੁੰਦੇ ਹੋਏ ਸ਼ਰੀਰਾਂ ਨੂੰ ਚੁੰਮਦੀ ਆ ਚਿੱਤ ਪੈਰ ਆਣ ਕੇ ਅਖੀਰਾਂ ਨੂੰ ਵੇਟ ਮਾਰਦੇ ਜਿਮਾਂ ਦੇ ਵਿੱਚ ਜਾ ਕੇ ਤੇ ਹੋਰ ਮਜ਼ਬੂਤ ਹੱਡੀਆਂ ਲਾਉਂਦੇ ਮਿਹਨਤਾਂ ਖੁਰਾਕਾਂ ਖਾ ਕੇ ਹੁੰਦੀਆਂ ਨੇ ਗੱਲਾਂ ਵੱਡੀਆਂ ਅੱਜ ਵੱਡੀਆਂ ਗੱਲਾਂ ਕਹਿੰਦੇ ਨਡਾਲੇ ਦੇ ਵਿੱਚ ਹੋ ਰਹੀਆਂ ਸਾਰੇ ਨੌਜਵਾਨ ਦਲਜੀਤ ਸਿੰਘ ਨਡਾਲੇ ਦੇ ਕਹਿੰਦੇ ਸਾਥੀ ਇੱਕੋ ਗੱਲ ਹੀ ਕਵਾਂਗੇ ਕਿ ਨਡਾਲੇ ਸ਼ਹਿਰ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਪਗਾਉਂਦੇ ਨੇ ਦਸਾਂ ਨੌਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਨਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ ਲਓ ਦੁਨੀਆਂ ਦੇ ਵਿੱਚ ਗੱਲਾਂ ਹੋ ਰਹੀਆਂ ਨਡਾਲੇ ਦੇ ਕੱਪ ਦੀਆਂ ਮੈਂ ਆਜ਼ਾਦ ਕਬੱਡੀ ਕਲੱਬ ਹੰਸਲੋ ਦੀ ਟੀਮ ਦੇ ਖਿਡਾਰੀਆਂ ਨੂੰ ਫਿਰ ਤੋਂ ਬੇਨਤੀ ਕਰਾਂਗਾ ਜ਼ਿਆਦਾ ਤਾਦਾਦ ਦੇ ਵਿੱਚ ਖਿਡਾਰੀ ਜਿਹੜੇ ਖੜੇ ਹੈ ਕਿਰਪਾ ਕਰਕੇ ਬੈਠ ਜਾਣਗੇ ਲਓ ਤਕੜਾ ਮੈਚ ਹੈ ਲਾਸਟ ਪਲਾਂ ਦੇ ਵਿੱਚ ਚੱਲਦਾ ਹੋਇਆ ਮੈਚ ਦਰਸ਼ਕਾਂ ਨੇ ਪੂਰਾ ਸਵਾਦ ਲਿਆ ਖੇਡ ਕਬੱਡੀ ਦਾ ਤੇ ਅਗਲੇ ਮੈਚਾਂ ਦੇ ਦਰਮਿਆਨ ਵੀ ਕੱਲ ਵੱਖਰੀ ਹੋਣੀ ਹੈ ਤਾਂ ਨੌਜਵਾਨ ਧਾਵੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਗਗਨਦੀਪ ਸਿੰਘ ਦੀ ਰੇਡ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਦਾ ਹੈ ਵੀ ਹੁਣ ਪਿੱਥੋਂ ਵਾਲਾ ਕਿਹੋ ਜਿਹਾ ਕਮਾਲ ਕਰਦਾ ਹੈ ਜਾਂ ਫਿਰ ਨੱਲ ਮਾਣਕੇ ਵਾਲਾ ਨਿੱਪਾ ਲਓ ਨਿੱਪੇ ਦੇ ਨਾਲ ਕਹਿੰਦੇ ਪੰਗਾ ਪੈ ਗਿਆ ਲਓ ਨਿੱਪਾ ਮੇਰੇ ਪੰਜਾਬੀ ਵੀਰ ਮੈਨੂੰ ਅੱਜ ਵੀ ਯਾਦ ਆ 2012 ਦੇ ਵਿੱਚ ਜਦੋਂ ਯੰਗ ਕਬੱਡੀ ਕਲੱਬ ਨੇ ਕਹਿੰਦੇ ਟੂਰਨਾਮੈਂਟ ਕਰਵਾਇਆ ਫਾਈਨਲ ਮੈਚ ਐਮ ਸਪੋਰਟ ਦੇ ਯੰਗ ਦਾ ਖੇਡਿਆ ਗਿਆ ਸੌਰੀ ਸੈਮੀ ਫਾਈਨਲ ਤੇ ਲਾਸਟ ਰੇਟ ਤੇ ਜਿੱਤ ਹਾਰ ਸੀ ਫ੍ਰਿਜਨੋ ਵਾਲੇ ਦੁੱਲੇ ਨੂੰ ਕਹਿੰਦੇ ਲਾਸਟ ਰੇਟ ਤੇ ਜੱਫਾ ਲਾ ਕੇ ਮੇਰੇ ਵੀਰੋ ਇਸ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਹੈ ਅੱਜ ਕਹਿੰਦੇ ਨਡਾਲੇ ਦੇ 10ਵੇਂ ਕਬੱਡੀ ਕੱਪ ਤੇ 50 ਦੇ ਕਰੀਬ ਜਿਹੜੇ ਇੰਟਰਨੈਸ਼ਨਲ ਸਟਾਰ ਜਿਹੜੇ ਪੁੱਜੇ ਹੋਏ ਆ ਮੇਰੇ ਵੀਰੋ 50 ਦੇ ਕਰੀਬ ਕਹਿੰਦੇ ਵੱਡੇ ਸਟਾਰ ਇਸ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਆ ਮਾਣ ਹੈ ਸਮੁੱਚੀ ਫਰੈਂਡਸ ਸਪੋਰਟਸ ਐਂਡ ਵੈਲਫੇਅਰ ਕਲੱਬ ਨਡਾਲਾ ਨੂੰ ਲਗਾਤਾਰ ਹੁੰਦਾ ਆ ਰਿਹਾ ਕਬੱਡੀ ਦਾ ਕੱਪ ਤੇ ਕੁਲਵਿੰਦਰ ਬਿੱਲੇ ਦੀ ਸਟੇਜ ਕਹਿੰਦੇ ਬਿਲਕੁਲ ਤਿਆਰ ਵਰ ਤਿਆਰ ਹੈ ਉਹਦੀਆਂ ਵੀ ਗੱਲਾਂ ਮੇਰੇ ਵੀਰੋ ਸ਼ਾਮ ਨੂੰ ਸਾਡੇ ਜੋਗਾ ਸਾਹਿਬ ਜਗਦੀਪ ਸਿੰਘ ਜੀ ਜੋਗਾ ਸਾਡੇ ਮਿੱਤਰ ਨੇ ਬਹੁਤ ਬਹੁਤ ਧੰਨਵਾਦ ਹੈ ਐਨ ਗੱਲਾਂ ਕਰਦੇ ਕਦੇ ਗਿੱਲ ਹਰਦੀਪ ਦੇ ਨਾਲ ਤੇ ਕਦੇ ਮੇਰੇ ਵੀਰੋ ਕੁਲਵਿੰਦਰ ਬਿੱਲੇ ਦੇ ਨਾਲ ਪੰਜਾਬ ਦੇ ਪ੍ਰਸਿੱਧ ਸਿੰਗਰਾਂ ਦੇ ਨਾਲ ਕਹਿੰਦੇ ਯਾਰੀ ਸਾਡੇ ਵੀਰ ਜਗਦੀਪ ਜੋਗੇ ਦੀ ਨਾਲ ਕਹਿੰਦੇ ਮੱਖਣ ਬਰਾੜ ਜੀ ਦੀ ਗੱਲ ਹੋਵੇ ਤੇ ਨਾਲ ਚਾਹੇ ਕਹਿੰਦੇ ਗਿੱਲ ਹਰਦੀਪ ਦੀ ਇਹ ਤਿੰਨੋਂ ਨਾਂ ਇੱਕੋ ਹੀ ਹੈ ਮੇਰੇ ਵੀਰੋ ਬੜਾ ਪਿਆਰ ਹੈ ਵੀਰਾਂ ਦਾ ਆਓ ਚੱਲਦਾ ਹੋਇਆ ਮੁਕਾਬਲਾ ਜਿਹੜਾ ਸਮਾਪਤ ਮਾਈਕ ਤੇ ਅਮਨ ਲੋਪੋ ਆਜ਼ਾਦ ਕਬੱਡੀ ਕਲੱਬ ਹੰਸਲੋ ਦੇ ਪੁਆਇੰਟ ਨੇ 22 ਤੇ ਘੁੱਗਸ਼ੋਰ ਦੇ ਪੁਆਇੰਟ ਨੇ 35 ਘੁੱਗਸ਼ੋਰ ਦੀ ਟੀਮ ਜੇਤੂ ਰਹੀ ਹੈ ਹਾਂਜੀ ਪਾਡਾ ਸਾਹਿਬ ਤੁਹਾਡੀਆਂ ਜ਼ਿੰਮੇਵਾਰੀਆਂ ਚਾਹਨ ਸਾਹਿਬ ਦੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੋਨੀ ਦਾ 500 ਹੈ ਮੇਰੇ ਕੋਲ ਮੇਰੇ ਤੋਂ ਆ ਕੇ ਪ੍ਰਾਪਤ ਕਰ ਲਵੇ ਫਰੀਦਾ ਖਾਕ ਨਾ ਨਿੰਦਗੀ ਖਾਕ ਜੇਡ ਨਾ ਕੋਈ ਜੀਵਦਿਆ ਪੈਰਾਂ ਤਲੇ ਮੋਇਆ ਉੱਪਰ ਹੋਏ ਫਰੀਦਾ ਖਾਕ ਨਾ ਨਿੰਦਗੀ ਖਾਕ ਜੇਡ ਨਾ ਕੋਈ ਪੰਜਾਬ ਦੀ ਧਰਤੀ ਜ਼ਿਲ੍ਹਾ ਕਪੂਰਥਲੇ ਦਾ ਬੜਾ ਮਸ਼ਹੂਰ ਨਗਰ ਨਡਾਲਾ ਕਦੇ ਕਬੱਡੀ ਦੀ ਦੁਨੀਆਂ ਦੇ ਵਿੱਚ ਔਰ ਕਦੇ ਇਤਿਹਾਸ ਦੀ ਦੁਨੀਆਂ ਦੇ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਧਰਤੀ ਨਡਾਲੇ ਦੀ ਧਰਤੀ ਕਿ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਮਨਦੀਪ ਕੌਰ ਇਸੇ ਇਲਾਕੇ ਦੀ ਬੱਚੀ ਹੈ ਜਿਹਨੇ 55 ਕਿਲੋ ਵੇਟ ਚੱਕ ਕੇ ਵਿਖਾਉਣਾ ਮੇਰੇ ਵੀਰੋ ਇਹ ਵੇਟ ਵੱਧ ਵੀ ਚੱਕ ਸਕਦੀ ਆ ਪਰ ਇੱਥੇ ਜਿਹੜਾ 55 ਕਿਲੋ ਵੇਟ ਚੱਕ ਕੇ ਦਿਖਾਉਣਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਾਂ ਇਸ ਬੱਚੀ ਦੇ ਨਾਂ ਤੇ ਲਾ ਦਈਏ ਕਿਉਂਕਿ ਵੱਡੇ ਹੌਸਲੇ ਦੀ ਗੱਲ ਹੈ ਇੰਨੇ ਮਰਦਾਂ ਦਾ ਇਕੱਠ ਹੋਵੇ ਤੇ ਇੱਕ ਕੁੜੀ ਆ ਕੇ ਵੇਟ ਚੱਕੇ ਵੱਡੀ ਗੱਲ ਹੁੰਦੀ ਮੇਰੇ ਵੀਰੋ ਆਓ ਇਸ ਗੇਮ ਦਾ ਵੀ ਆਪਾਂ ਆਨੰਦ ਮਾਣਨਾ ਹੈ ਤੇ ਅਗਲੀ ਗੱਲ ਇਸ ਮਾਈਕ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵੀਰ ਸਿੰਘ ਜੀ ਚੌਹਾਨ ਤੇ ਇੰਦਰਜੀਤ ਸਿੰਘ ਜੀ ਪੱਡਾ ਸਾਹਿਬ ਬਹੁਤ ਮਿਹਰਬਾਨੀ ਮੇਰੇ ਵੀਰ ਉਪਿੰਦਰ ਜਲਾਲ ਔਰ ਅਮਨ ਲੋਪੋਂ ਬਹੁਤ ਬੁਲੰਦ ਆਵਾਜ਼ ਦੇ ਵਿੱਚ ਮਿੱਠੀ ਸ਼ਬਦਾਵਲੀ ਦੇ ਵਿੱਚ ਅੱਜ ਨਡਾਲੇ ਦੀ ਧਰਤੀ ਦੇ ਉੱਤੇ ਹਾਜ਼ਰੀ ਲਵਾਈ ਮਾਂ ਬੋਲੀ ਦੀ ਸੇਵਾ ਕੀਤੀ ਔਰ ਮੈਂ ਵਿਸ਼ੇਸ਼ ਤੌਰ ਤੇ ਫਰੈਂਡ ਸਪੋਰਟਸ ਐਂਡ ਵੈਲਫੇਅਰ ਕਲੱਬ ਨਡਾਲਾ 10ਵਾਂ ਕਬੱਡੀ ਕੱਪ ਬੜਾ ਸਫਲ ਕਬੱਡੀ ਕੱਪ ਸਰਪ੍ਰਸਤ ਦਲਜੀਤ ਸਿੰਘ ਜੀ ਨਡਾਲਾ ਪ੍ਰਧਾਨ ਨਵਦੀਪ ਸਿੰਘ ਗੋਪੀ ਪੱਡਾ ਮੇਰਾ ਛੋਟਾ ਵੀਰ
जय जगत जोशी दरबारा सिंह सोनी एमसी ढिलवा तो राणा बताला काला बागड़िया जिदे कोल कबड्डी दे ग्राउंड दा सारा लेखा जोखा सरबजीत सिंह साडे वड्डे वीर पंजाब पुलिस तो संदीप सैनी जतन अहूजा वालिया ब्रदर्स दा बड़ा वड्डा योगदान मनिंदर मनी हनी गुरप्रीत खुंडा लक्की भारद्वाज इंद्रजीत डीपी लवी कबड्डी खिलाड़ी अवर अमरजीत सिंह जी अंबा और साडे विशेष तौर ते दिलबाग एमसी अमरजीत धामे गुरप्रीत सेठी और कुलजीत सिंह जी खालसा निशान सिंह होना दी वड्डी देन मंगल सिंह पंडाल जिन्हां ने सफर कीता और हेलो हां जी इधर बच्ची जेड़ी है पेट चक के दिखालेगी ताड़ियां मार दे उस बच्ची दे लई बल्ले नहीं पंजाब दी ये शेर बच्ची है तेरी गेम नू निगाह ला के तकिए इस बच्ची लई ताड़ियां मार दो अज दलजीत सिंह जी नडाला नू लख लख मुबारकां पूरे पंजाब दे विच ने जेरे यराने जेरी यारी दे लोकी गाउंदे ने वसाने जेरे उते माण करदा ए काला बागड़ियां वाला लोको यार है यारां दा दलजीत सिंह नडाला अज पहला नाम डेढ़ लाख रुपये दा सरदार मंगल सिंह जी पंडाल साहब स्पॉन्सर करनगे उन्हां लई जोरदार ताड़ियां मार दिओ दूजा नाम एक लाख रुपये का कुलविंदर सिंह जी बबल जिन्हां दा टाली दे लागे बल्ला पिंड आ साडे हुशियारपुर जिले दे विच उन्हां वल्लों दित्ता जाणा है इस बच्ची लई ताड़ियां मार दिओ जिथे एक जिहड़ी लंडी जीप है वह खख परिवार वालों दिती जानी है ते दूजी लंडी जीप जिहड़ी है वह अज इस धरती ते शाही परिवार वालों दिती जानी है बच्ची वास्ते पंजाबन वास्ते दर्शन सिंह साढ़े यूएसए वालिया वालों 500 रुपया और 500 रुपया मनोहर लाल यूएसए वालिया वालों इस बच्ची वास्ते विशेष तौर पर माण पुज्या हैरी रंधावा जी विशेष तौर पर पुज चुके कपूरथले तो विशेष तौर पर हैरी रंधावा जी हुणां नूं आपां जीओ आया नूं आखदे आ शमशेर सिंह शेरा और कुलवंत सिंह जी भुल्लर करनैल सिंह जी साबका सरपंच पंच परवान पंच प्रधान पंचे पावी दरगाह मान तो विशेष तौर पर मान सत्कार सुखा गाखल तो विशेष तौर पर पुजा होया गाखलों की धरती मशहूर है कदे कबड्डी के मैदान के विच और कदे सुखे गाखल ने जो रही कसर पूरी की तो विशेष तौर पर सुखे गाखल का भी धन्यवाद गाखल इंटरनेशनल कलाकार है भंगड़े का जिन्हें 1997 दे विच लायलपुर दे विच भंगड़ा पाया फिर इंग्लैंड दे विच गल्लां होईयां फिर लायलपुर दे विच गल्लां होईयां कि चुन्नी लै दे वे दोहरे पल्ले वाली चौरे पल्ले वाली वे मुंडिया लायलपुरिया अज इत्थे डब्बू भी पहुंचा पानवा वाला आपां मैदान दे नाल जुड़िए सज्जे हथ बाबा नामदेव क्लब भट्टीवाल ਭੱਟੀਵਾਲ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਬਾਬੇ ਨਾਮਦੇਵ ਨੇ ਹੱਥਾਂ ਦੇ ਨਾਲ ਬਾਢੀ ਕੀਤੀ ਤੇ ਸ਼ਰੇਆਮ ਆਪਣੀ ਕਲਮ ਤੋਂ ਇਨਕਲਾਬੀ ਗੱਲ ਲਿਖੀ ਕਿ ਇਹ ਪੰਡੀਆਂ ਮੋਕੋ ਟੇਢ ਕਹਿਤ ਹੈ ਛੂਦ ਛੂਦ ਕਰ ਮਾਰ ਉਠਾਇਓ ਪਾਣੀ ਗਰਾਊਂਡ ਦੇ ਵਿੱਚ ਅਪਰਦਾ ਕੀਤਾ ਜਾਵੇ ਇਹ ਬਾਬਾ ਨਾਮਦੇਵ ਕਲੱਬ ਭੱਟੀਵਾਲ ਪਿੰਕਾ ਸ਼ੇਖੋਂ ਜੀ ਜਸਪਾਲ ਸਿੰਘ ਜੀ ਤਾਰਪੁਰ ਹਾਲੈਂਡ ਉਹਨਾਂ ਦੇ ਨਾਲ ਸੁਖੀ ਜੀ ਰਾਇਲ ਕਿੰਗ ਤੇ ਜਿੰਦਰ ਬੁੱਟਰ ਜੀ ਕੈਨੇਡਾ ਵਾਲੇ ਉਹਨਾਂ ਦੀ ਸਪੌਂਸਰ ਕੀਤੀ ਟੀਮ ਹੈ ਪਾਣੀ ਗਰਾਊਂਡ ਦੇ ਵਿੱਚ ਅਪਰਦਾ ਕੀਤਾ ਜਾਵੇ ਦੂਏ ਪਾਸੇ ਬਾਬਾ ਜੀਵਨ ਸਿੰਘ ਕਲੱਬ ਮੋਠਾਵਾਲ ਜਿਹੜੀ ਸਾਡੀ ਰਿੰਕੂ ਸੁਲਤਾਨਪੁਰ ਦੀਪਾ ਭਲਾਣਾ ਹੋਰਾਂ ਦੀ ਸਪੌਂਸਰ ਕੀਤੀ ਟੀਮ ਹੈ ਵੱਖ ਵੱਖ ਦਰਸ਼ਕ ਜਿਹੜੇ ਆ ਉਹ ਕਬੱਡੀ ਨਾਲ ਜੁੜੇ ਹੋਏ ਆ ਤੇ ਪਵਾ ਦਿਓ ਕਬੱਡੀ ਤਜਿੰਦਰ ਕਾਲਕਟ ਜੀ ਕਿਉਂਕਿ ਸਮੇਂ ਨੇ ਰੁਕਣਾ ਨਹੀਂ ਪਾਣੀ ਗਰਾਊਂਡ ਦੇ ਵਿੱਚ ਅਪਰਦਾ ਕੀਤਾ ਜਾਵੇ ਪਵਨ ਗੁਰੂ ਪਾਣੀ ਪਿਤਾ ਤੋਂ ਵਿਸ਼ੇਸ਼ ਤੌਰ ਤੇ ਪ੍ਰੇਮਪਾਲ ਧਾਰੀਵਾਲ ਕੈਨੇਡਾ ਤੋਂ ਰਾਜਨ ਕੈਨੇਡਾ ਤੋਂ ਗੋਰਾ ਸਾਹੀ ਕੈਨੇਡਾ ਤੋਂ ਬੱਬਲ ਸਾਹੀ ਯੂਐਸਏ ਤੋਂ ਗਿੰਦਾ ਸਾਹੀ ਜਰਮਨੀ ਤੋਂ ਔਰ ਕੁਲਵੀਰ ਸਿੰਘ ਯੂਐਸਏ ਤੋਂ ਟੋਡੀ ਖੱਖ ਜਰਮਨੀ ਤੋਂ ਕੁਲਵਿੰਦਰ ਸਿੰਘ ਖਾਲਸਾ ਯੂਕੇ ਤੋਂ ਔਰ ਸੁਖ ਜਾਟ ਇਟਲੀ ਤੋਂ
ਇਹ ਵਿਸ਼ੇਸ਼ ਤੌਰ ਤੇ ਰੁਪਿੰਦਰ ਬਲ ਕੈਨੇਡਾ ਤੋਂ ਇਸ ਖੇਡ ਟੂਰਨਾਮੈਂਟ ਦੇ ਨਾਲ ਵੱਡੇ ਕੱਪ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਸਾਡੇ ਪ੍ਰਵਾਸੀ ਵੀਰ ਤੋਂ ਧੰਨਵਾਦ ਕਰਦੇ ਔਰ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਪ੍ਰਵਾਸੀ ਵੀਰ ਵਸਣ ਪੰਜਾਬ ਦੇ ਸੱਭਿਆਚਾਰ ਨੂੰ ਨਾਲ ਲੈ ਕੇ ਵਸਦੇ ਰਹਿਣ ਗਰਾਊਂਡ ਦੇ ਨਾਲ ਕਬੱਡੀ ਪਵਾ ਦਿਓ ਬੜੀ ਸਿਰੇ ਦੀ ਕਬੱਡੀ ਹੋਣੀ ਹੈ ਕਿ ਕਰਦੇ ਪੰਜਾਬੀ ਨੇ ਕਬੱਡੀ ਨੂੰ ਪਿਆਰ ਕਬੱਡੀ ਉੱਤੋਂ ਦਿਲ ਜਾਨ ਵਾਰਦੇ ਕੋਈ ਮਾਂ ਖੇਡ ਤੇ ਕੋਈ ਮਹਿਬੂਬ ਖੇਡ ਕਈ ਨਾਵਾਂ ਨਾਲ ਨੇ ਸਤਿਕਾਰ ਦੇ ਖੋ ਜਾਂਦੇ ਜਦੋਂ ਇਹਦੇ ਵਿੱਚ ਮਿੱਤਰੋ ਰੋਟੀ ਪਾਣੀ ਖਾਣਾ ਵੀ ਵਿਸਾਰਦੇ ਜਹਾਂ ਨਜ਼ਾਰਾ ਬਣ ਜਾ ਜੋ ਕਬੱਡੀ ਦਾ ਖਿਡਾਰੀ ਝੋਲੀ ਭਰਦੇ ਨੇ ਉਹਦੀ ਨਾਲ ਪਿਆਰ ਦੇ ਕਬੱਡੀ ਲਈ ਤਾੜੀਆਂ ਮਾਰ ਦਿਓ ਤਾਂ ਵੀਰਿਓ ਪਵਾਇਓ ਇੰਦਰਜੀਤ ਪੰਡਾ ਜੀ ਪਹਿਲੀ ਰੇਡ ਕਿਹੜਾ ਨੌਜਵਾਨ ਪਾਉਣ ਚੱਲਿਆ ਪਹਿਲੀ ਰੇਡ ਪਾਉਣ ਦੇ ਲਈ ਨੌਜਵਾਨ ਨੇ ਮੱਥਾ ਟੇਕ ਦਿੱਤਾ ਧਰਤੀ ਨੂੰ ਪਹਿਲੀ ਰੇਡ ਪਾਉਣ ਦੇ ਲਈ ਆਹ ਨੌਜਵਾਨ ਜੈਨਤੀ ਜਿਹਦਾ ਜਲਾਲਪੁਰ ਪਿੰਡ ਹੈ ਪਾਲੇ ਜਲਾਲਪੁਰੀਏ ਦਾ ਪੇਂਡੂ ਹੈ ਪਹਿਲੀ ਰੇਡ ਪਾਉਣ ਦੇ ਲਈ ਇਹ ਜੈਨਤੀ ਜਲਾਲਪੁਰੀਏ ਨੇ ਅੱਗੇ ਨੂੰ ਕਦਮ ਵਧਾਏ ਹੈ ਜਾਫੀਆਂ ਦੇ ਵਿੱਚ ਮਾਝੇ ਦੇ ਚਾਰ ਮਝੈਲ ਓਲੇ ਨੰਬਰ ਤੇ ਬੀਤਾ ਡੇਰਾ ਪਠਾਣਾ ਜਿਹਨੇ 13 ਜਨਵਰੀ 2013 ਨੂੰ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੇ ਵਿੱਚੋਂ ਮੋਟਰਸਾਈਕਲ ਜਿੱਤਿਆ ਅਜਮੇਰ ਖਜਾਲੇ ਵਾਲਾ ਨਹੀਂ ਜੱਫਾ ਲਾ ਸਕਿਆ ਪੁਆਇੰਟ ਮੋਠਾ ਵਾਲ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਰੇਡ ਨਿਰਮਲ ਜਿਹੜਾ ਸਾਰੰਗੜਾ ਪਿੰਡ ਹੈ ਰਾਮ ਤੀਰਥ ਦੇ ਲਾਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਨਿਰਮਲ ਸਾਰੰਗੜੇ ਵਾਲੇ ਦੀ ਕਬੱਡੀ ਹੈ ਸੱਜੇ ਡੌਲੇ ਦੇ ਉੱਤੇ ਖੰਡ ਹੈ ਕਿ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫੇਰ ਪਏ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫਿਰ ਅਡਾਰੀਆਂ ਮਾਰਦੇ ਨੇ ਜਾਫੀਆਂ ਦੇ ਵਿੱਚ ਕਿੰਦਾ ਟਿੱਬੇ ਵਾਲਾ ਥਾਲੀ ਪੋਲਾ ਜਲਾਲਪੁਰੀਆ ਇੱਧਰ ਰਿੱਕੀ ਦੇ ਨਾਲ ਮੁਕਾਬਲਾ ਹੋ ਗਿਆ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਲਓ ਇੰਦਰਜੀਤ ਜੀ ਹੈਰੀ ਦੀ ਗੱਲ ਅਗਲੀ ਰੇਡ ਆਹ ਨੌਜਵਾਨ ਦਾ ਨਾਮ ਵੀ ਪੜਿਆ ਬੜਾ ਪਿਆਰਾ ਔਰ ਖੇਡ ਵੀ ਬੜੀ ਪਿਆਰੀ ਲਓ ਹੈਰੀ ਜਲਾਲਪੁਰ ਅਗਲੀ ਰੇਡ ਪਾਉਣ ਵਾਸਤੇ ਫਿਰ ਵਾਧਾ ਹੋਇਆ ਔਰ ਜੋ ਚਾਰੇ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਨੇ ਚਾਰੇ ਜਾਫੀ ਗੱਲ ਕਰੀਏ ਜਾਫੀਆਂ ਦੀ ਬੱਬਰ ਸ਼ੇਰ ਬਚਾ ਲਿਓ ਘੇਰ ਲਾਉਂਦੇ ਨੇ ਜੱਫੇ ਜਿਵੇਂ ਬਾਜ ਝਪਟਦਾ ਏ ਫੜਦੇ ਨੇ ਗੁੱਟ ਜਾਏ ਨਾ ਛੁੱਟ ਲੌਕ ਨੇ ਪੱਕੇ ਗੱਲ ਵੱਕੜੀ ਪਾਉਂਦੇ ਨੇ ਦੋਵੇਂ ਰੇਡਰ ਜਾਫੀ ਭੀਵੇਂ ਫੜਦੇ ਬੜੇ ਔਖੇ ਨੇ ਉਡਣੇ ਸੱਪ ਸਹੇ ਦਾ ਲੱਕ ਸ਼ੇਰ ਦਾ ਲੱਕ ਕਬੂਤਰ ਜੀਨੇ ਆ ਨੌਜਵਾਨ ਬੀਤਾ ਡੇਰਾ ਪਠਾਣਾ ਔਰ ਅਗਲੀ ਰੇਡ ਪਾਉਣ ਵਾਸਤੇ ਮੈਦਾਨ ਦੇ ਵਿੱਚ ਦੇਖਦੇ ਆ ਇਹ ਆ ਰੂਪਾ ਜਿਹੜਾ ਬੈਰੋ ਕੇ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਅੰਮ੍ਰਿਤਸਰੀਆ ਨੌਜਵਾਨ ਅਗਲੀ ਰੇਡ ਪਾਉਂਦਾ ਜਿਹਦੇ ਪਿੰਡੇ ਚੋਂ ਕਬੱਡੀ ਨਜ਼ਰੀ ਆ ਰਹੀ ਹੈ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਖੇਡਣੇ ਦੀ ਚੇਟਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ ਜੇ ਰੱਬ ਵੱਲੋਂ ਪਿੰਡੇ ਚ ਕਬੱਡੀ ਹੋਵੇ ਨਾ ਤਾੜੀ ਮਾਰ ਦਿਓ ਤਾਂ ਠੀਕ ਵੀਰਿਓ ਅਗਲੇ ਮੈਚ ਦੀਆਂ ਦੋਨੇ ਟੀਮਾਂ ਬਾਬਾ ਹੰਦਾਲ ਕਲੱਬ ਬੋਪਾ ਰਾਏ ਔਰ ਕਰਤਾਰਪੁਰ ਕਲੱਬ ਬਿਲਕੁਲ ਤਿਆਰੀ ਕਰਕੇ ਮੈਦਾਨ ਦੇ ਵਿੱਚ ਰਿਪੋਰਟ ਕਰਨਗੇ ਆਓ ਆਪਾਂ ਇਸ ਗਰਾਊਂਡ ਦੇ ਨਾਲ ਜੁੜਦੇ ਹਾਂ ਬਹੁਤ ਪਿਆਰੀ ਰੇਡ ਇਸ ਨੌਜਵਾਨ ਦੀ ਲਓ ਸਾਨੂੰ ਸੋਨੂੰ ਨਕੋਦਰੀਆ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਵਾਸਤੇ ਜਗਿੰਦਰ ਸਿੰਘ ਜੀ ਰਿਟਾਇਰਡ ਐਸਪੀ ਜੇਲ੍ਹ ਤੇ ਸੋਮਨਾਥ ਜੀ ਕਪੂਰਥਲਾ ਵੀ ਇੱਥੇ ਪਹੁੰਚੇ ਨੇ ਅਗਲੀ ਰੇਡ ਪਾਉਣ ਦੇ ਲਈ ਇਹ ਆ ਸ਼ੰਕਰ ਜਿਹਦਾ ਸੰਧਵਾਂ ਪਿੰਡ ਹੈ ਸੋਨੂੰ ਜੰਪ ਨੂੰ ਮਾਝੇ ਦੇ ਕੱਲੇ ਕੱਲੇ ਪਿੰਡ ਦੀ ਜਾਣਕਾਰੀ ਹੈ ਕਿਉਂਕਿ ਉੱਥੇ ਇਹਨੂੰ ਵੱਡਾ ਮਾਣ ਮਿਲਦਾ ਇਸ ਇਲਾਕੇ ਦਾ ਮਾਣ ਹੈ ਸੋਨੂੰ ਜੰਪ ਤੇ ਸਾਹਮਣੇ ਕੰਦਾ ਟਿੱਬੇ ਵਾਲਾ ਜੱਫਾ ਲਾਉਣ ਦਾ ਯਤਨ ਕਰਦਾ ਹੋਇਆ ਪਰ ਸ਼ੰਕਰ ਇਹ ਤਕੜਾ ਖਿਡਾਰੀ ਹੈ ਜਿਹਨੇ 4 ਮੋਟਰਸਾਈਕਲ 1 ਸਾਲ ਦੇ ਵਿੱਚ ਜਿੱਤੇ ਹੈ ਇਹ ਆ ਸ਼ੰਕਰ ਮਾਝੇ ਦਾ ਮਜੈਲ ਜਿਹਨੇ ਰੇਡ ਪਾਈ ਹੈ ਕਰਿਓ ਇੰਦਰਜੀਤ ਜੀ ਕਾਕੇ ਸ਼ਾਹਬਾਦੀਆ ਦੀ ਗੱਲ ਕਾਕਾ ਸ਼ਾਹਬਾਦੀਆ ਜਿਹਦਾ ਸ਼ਾਹਬਾਦ ਪਿੰਡ ਆ ਬਟਾਲੇ ਦੇ ਲਾਗੇ ਇਹ ਕਾਕੇ ਦੀ ਕਬੱਡੀ ਆ ਜਿਹਨੂੰ ਮੁਖਤਿਆਰ ਸਿੰਘ ਬੋਪਾ ਰਾਏ ਨੇ ਬੁਲਟ ਮੋਟਰਸਾਈਕਲ ਦਿੱਤਾ ਸੀ ਬਲਪੁਰੀਆਂ ਦੇ ਕਬੱਡੀ ਕੱਪ ਦੇ ਵਿੱਚ 4 ਜਾਫੀਆਂ ਦੇ ਵਿੱਚ ਅਜਮੇਰ ਦਾ ਖਜਾਲਾ ਪਿੰਡ ਹੈ ਜਿਹੜਾ 2010 ਦੇ ਵਿੱਚ ਹਜ਼ੂਰ ਸਾਹਿਬ ਦੀ ਧਰਤੀ ਦੇ ਬੈਸਟ ਬਣਿਆ ਸੀ ਪਰ ਦੂਜੇ ਪਾਸੇ ਪੁਆਇੰਟ ਜਿਹੜਾ ਹੈ ਬਾਬਾ ਨਾਮਦੇਵ ਕਲੱਬ ਭੱਟੀ ਵਾਲ ਗੁਰਦਾਸਪੁਰ ਦੇ ਖਾਤੇ ਵਿੱਚ ਜੁੜ ਗਿਆ ਲਓ ਚਹਾਰ ਸਾਹਿਬ ਅਗਲੀ ਰੇਡ ਗਰਾਊਂਡ ਦੇ ਵਿੱਚ ਦੇਖਦੇ ਕਿ ਮੇਰੀ ਮੰਜੀ ਥੱਲੇ ਕੌਣ ਭਾਬੀ ਦੀ ਵੱਜਗਾ ਨੀਗੇ ਰੋਡੂ ਪੋਡੂ ਕੌਣ ਭਾਬੀ ਦੀ ਵੱਜਗਾ
ਲਓ ਇਹ ਨੌਜਵਾਨ ਕਹਿੰਦੇ ਵੀ ਗੋਲਡੀ ਹਰਪੁਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜ਼ਿਲ੍ਹਾ ਗੁਰਦਾਸਪੁਰ ਜਿੱਥੋਂ ਦੇ ਕਦੇ ਗੁਰਬਖਸ਼ੇ ਖਹਿਰੇ ਵਰਗੇ ਕਦੇ ਜਿੰਦ ਬੱਬਰੀ ਵਰਗੇ ਬੰਸੇ ਬੁੱਟਰ ਵਰਗੇ ਉਸੇ ਜ਼ਿਲ੍ਹੇ ਦਾ ਇਹ ਨੌਜਵਾਨ ਗੋਲਡੀ ਹਰਪੁਰੀਆ ਮਾਰ ਹਲਕਾ ਜਿਹਾ ਟੱਚ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਵਾਸਤੇ ਸੈਮੀ ਫਾਈਨਲ ਬਾਬਾ ਹੰਦਾਲ ਕਲੱਬ ਬੋਪਾ ਰਾਮਾਂ ਤੇ ਕਰਤਾਰਪੁਰ ਦੀਆਂ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਜੈਂਟੀ ਜਲਾਲਪੁਰੀਆ ਬਾਲੇ ਜਲਾਲਪੁਰੀਆ ਦਾ ਪੇਂਡੂ ਹੈ ਜਾਫੀਆਂ ਦੇ ਵਿੱਚ ਅਜਮੇਰ ਖਜਾਲਾ ਤੇ ਸਾਹਮਣੇ ਗਿੰਦਾ ਘਮਾਨ ਐਤਕੀ ਯੂਰਪ ਦੇ ਮੈਦਾਨਾਂ ਦੇ ਵਿੱਚ ਸੰਤੋਖ ਸਿੰਘ ਲਾਲੀ ਵੱਲੋਂ ਸਤਨਾਮ ਸਿੰਘ ਮਿੰਟੇ ਵੱਲੋਂ ਤਕੜੇ ਜੱਫੇ ਲਾ ਕੇ ਆਇਆ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਨਿਰਮਲ ਸਾਰੰਗੜਾ ਇਹਦਾ ਸਾਰੰਗੜਾ ਪਿੰਡ ਦਾ ਜਦੋਂ ਅੰਮ੍ਰਿਤਸਰ ਤੋਂ ਰਾਮ ਤੀਰਥ ਨੂੰ ਜਾਈਏ ਲੋਪੋ ਕੇ ਚਗਾਵਾਂ ਦੇ ਲਾਗੇ ਡੇਢ ਕਿਲੋਮੀਟਰ ਪਾਕਿਸਤਾਨ ਰਹਿ ਜਾਂਦਾ ਇਹਦੇ ਪਿੰਡ ਤੋਂ ਕਰਿਓ ਜੀ ਨਿਰਮਲ ਦੀ ਗੱਲ ਲਓ ਸਾਹਮਣੇ ਨਿਰਮਲ ਲੋਪੋ ਅਗਲੀ ਰੇਡ ਜ਼ਿਲ੍ਹਾ ਅੰਮ੍ਰਿਤਸਰ ਦੇ ਸਗਬਰੋ ਦੇ ਔਰ ਅੱਗੇ ਦੇ ਰਿੱਕੇ ਸੁੱਖਾ ਔਰ ਨਾਲ ਠਾੜੂ ਵਰਗੇ ਕਿੰਦੇ ਵਰਗੇ ਚਾਰ ਜਾਫੀ ਬੜੀ ਹੋਈ ਰਣਨੀਤੀ ਨਾਲ ਨੌਜਵਾਨਾਂ ਦੀ ਖੱਬੇ ਸੱਜੇ ਹੁੰਦਾ ਹੋਇਆ ਔਰ ਮਾਰ ਹਲਕਾ ਜਿਹਾ ਟੱਚ ਜੋ ਪੁਆਇੰਟ ਉਹ ਆਪਣੀ ਟੀਮ ਵਾਸਤੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਵਾਸਤੇ ਕਿ ਦਿੰਦੀ ਜਨਮ ਹੈ ਗਿੱਦੜੀ ਗਿੱਦੜਾਂ ਨੂੰ ਕਰ ਸ਼ੇਰ ਨਹੀਂ ਸਕਦੀ ਹੈ ਸ਼ੇਰ ਪੈਦਾ ਜ਼ਮੀਨ ਦੇ ਵਿੱਚ ਜੇ ਗਿੱਲ ਹੋਵੇ ਹੁੰਦੀ ਫਸਲ ਹੈ ਉੱਥੇ ਫੇਰ ਪੈਦਾ ਚੰਨ ਪੁੰਨਿਆ ਦਾ ਰਾਤ ਨੂੰ ਦਿਨ ਚਾੜੇ ਤੇ ਕਰਦੀ ਮੱਸਿਆ ਸਦਾ ਹਨੇਰ ਪੈਦਾ ਮੱਸਿਆ ਜਿਹੜਾ ਹੈ ਮਾਪਿਆਂ ਨੇ ਹੁੰਦਾ ਉਹਨਾਂ ਦੇ ਘਰ ਇੱਕ ਪਾਸੇ ਜਿਹੜਾ ਲਿਖਿਆ ਪੈਦਾ ਲਾਲਪੁਰੀ ਦਾ ਪੇਂਡੂ ਤੇ ਸਾਹਮਣੇ ਬੀਤਾ ਡੇਰਾ ਪਠਾਣਾ ਨਹੀਂ ਜੱਫਾ ਲਾ ਸਕਿਆ ਕੋਈ ਗੱਲ ਨਹੀਂ ਨੌਜਵਾਨਾਂ ਉਹੀ ਜਿੱਤ ਦੇ ਬਾਜੀ ਵਿੱਚ ਦੁਨੀਆ ਜਿਹੜੇ ਬਿੱਟ ਜਿੱਤਣ ਲਈ ਬਾਜੀਆਂ ਹਾਰਦੇ ਨੇ ਉੱਠ ਖਾਲਸਾ ਗੁਰੂ ਦੇ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਤੇ ਮਾਰਦੇ ਨੇ ਅਗਲੀ ਰੇਡ ਰੂਪਾ ਬੈਰੋ ਕੇ ਅਜਨਾਲੇ ਦਾ ਏਰੀਆ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਦਲਜੀਤ ਸਿੰਘ ਨਡਾਲਾ ਵੱਲੋਂ ਆਪਣੇ ਗੁਰੂ ਆਪਣੇ ਉਸਤਾਦ ਸ਼੍ਰੀ ਬਲਦੇਵ ਰਾਗ ਦਾ ਕਹਿੰਦੇ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ ਹੁੰਦੀ ਅਦਲੇ ਪਾਸੇ ਬੱਲੇ ਬੱਲੇ ਚਾਰੇ ਜਾਫੀ ਬਿਲਕੁਲ ਤਿਆਰ ਸਮਾਂ ਬਲਵਾਨ ਦੋ ਨੰਬਰ ਦੇ ਉੱਤੋਂ ਪਾਉਣ ਦੀ ਪੁੱਠੀ ਕਰਦਾ ਕੋਸ਼ਿਸ਼ ਪਰ ਪੁਆਇੰਟ ਦੇਖਦੇ ਬਈ ਇਸ ਜੈਤੀ ਕਹਿੰਦੇ ਇੰਦਰਜੀਤ ਬੁੱਟਰ ਬੁੱਟਰਾਂ ਵਾਲਾ ਕੈਨੇਡਾ ਦੇ ਵਿੱਚ ਲਾਈਵ ਤੱਕ ਰਿਹਾ ਮੂੰਹ ਨੂੰ ਬੁੱਟਰ ਤੱਕ ਰਿਹਾ ਚਮਕੀਲਾ ਸਟਰੀਆ ਲਵਲੀ ਮੰਝਪੁਰ ਵਰਗੇ ਦੁਨੀਆ ਦੇ ਮਹਾਨ ਪ੍ਰਮੋਟਰ ਤੱਕ ਰਹੇ ਹੈ ਤੇ ਸਾਹਮਣੇ ਨੌਜਵਾਨ ਰੇਡ ਪਾ ਰਿਹਾ ਹੈ ਇਹ ਜੈਂਟੀ ਜਲਾਲਪੁਰੀਆ ਉਧਰ ਜੱਫਾ ਲਾਉਣ ਦਾ ਯਤਨ ਕਿੱਧਰ ਘਮਾਨ ਕਹਿੰਦਾ ਮਾਝੇ ਦੇ ਮਝਾਲਾਂ ਨੇ ਤਾਂ ਜਕਰੀਆ ਖਾਨ ਵਰਗੇ ਨਾਦਰ ਸ਼ਾਹ ਵਰਗੇ ਵੀ ਸੁੱਕੇ ਨਹੀਂ ਲੰਘਣ ਦਿੱਤੇ ਪਰ ਦੂਏ ਪਾਸੇ ਨੌਜਵਾਨ ਪੁਆਇੰਟ ਲੈਂਦਾ ਹੋਇਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਪੁਆਇੰਟ ਰੇਡਰ ਦੇ ਖਾਤੇ ਵਿੱਚ ਕਰਿਓ ਇੰਦਰਜੀਤ ਜੀ ਅਗਲੀ ਜਿੰਨਾ ਵੀ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਮਨਜਿੰਦਰ ਮਾਨ ਜੀ ਪ੍ਰਮੋਦ ਕੁਮਾਰ ਜੀ ਡੀ ਡੀ ਪੰਜਾਬੀ ਤੋਂ ਸ਼੍ਰੀ ਪ੍ਰਵੀਨ ਸ਼ਰਮਾ ਜੀ ਪਾਲ ਸਟੂਡੀਓ ਔਰ ਕਬੱਡੀ 365.com ਤੋਂ ਸਾਰੇ ਜਿੱਦਾਂ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਧੰਨਵਾਦ ਆਓ ਸ਼ੰਕਰ ਦੀ ਰੇਡ ਦੇ ਉੱਤੇ ਹੁੰਦੀ ਬੱਲੇ 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 ਕਹਿੰਦੇ ਵੱਜਦੀਆਂ ਧੌਲਾ ਪੈਂਦੇ ਪਟਾਕੇ ਔਰ ਪੁਆਇੰਟ ਦੇਖਦੇ ਬਈ ਚੌਹਾਨ ਸਾਹਿਬ ਇਹ ਪੁਆਇੰਟ ਸ਼ੰਕਰ ਵਾਸਤੇ ਹੈ ਔਰ ਅਗਲੀ ਰੇਡ ਪਾਉਣ ਵਾਸਤੇ ਮੋਠਾ ਵਾਲ ਜਿੱਥੋਂ ਦੇ ਗਿਆਨੀ ਜਰਨੈਲ ਸਿੰਘ ਮੋਠਾ ਵਾਲੀਏ ਮਸ਼ਹੂਰ ਨੇ ਆਓ ਦੇਖਾਂਗੇ ਵੀ ਉਸੇ ਏਰੀਏ ਦਾ ਇਹ ਨੌਜਵਾਨ ਅਗਲੀ ਰੇਡ ਪਾਉਣ ਵਾਸਤੇ ਚਾਰੇ ਨੌਜਵਾਨਾਂ ਉੱਤੇ ਬੋਲਿਆ ਹੋਇਆ ਧਾਵਾ ਕਿ ਫਿੱਡੂ ਤੇ ਪ੍ਰੀਤਾ ਦੇਵੀ ਦਿਆਲ ਵਰਗੇ ਦੁਨੀਆ ਤੇ ਵੱਖਰੀ ਮਿਸਾਲ ਕਰ ਗਏ ਲਵੇ ਨੌਜਵਾਨਾਂ ਸਾਂਭ ਲੈ ਔਰ ਦੇਖਦੇ ਵੀ ਪੁਆਇੰਟ ਜੋ ਹੈ ਉਹ ਰੇਡਰ ਵਾਸਤੇ ਬਹੁਤ ਸੋਹਣਾ ਪੁਆਇੰਟ ਔਰ ਅਗਲੀ ਰੇਡ ਗੋਲਡੀ ਹਰਪੁਰ ਪਾਉਣ ਵਾਸਤੇ ਵਾਧਾ ਹੋਇਆ ਹਰਜੀਤ ਪਟਵਾਰੀ ਜੀ ਹਰਜਿੰਦਰ ਪਟਵਾਰੀ ਜੀ ਬਿੱਕਰ ਪਟਵਾਰੀ ਜੀ ਇੱਥੇ ਪਹੁੰਚੇ ਹੈ ਦਲਜੀਤ ਸਿੰਘ ਜੀ ਨਡਾਲਾ ਵੱਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਾਂਗੇ ਗੋਲਡੀ ਹਰਪੁਰੀਆ ਉਧਰ ਕਿੰਦਾ ਟਿੱਬਾ ਕਹਿੰਦਾ ਨਹੀਂ ਜੱਫਾ ਨੌਜਵਾਨਾਂ ਛੱਡਣਾ ਕਿਉਂਕਿ ਸਾਡੇ ਪਿੰਡ ਵਿੱਚ ਕਬੱਡੀ ਦੇ ਜਾਫੀ ਜੰਮਦੇ ਹੈ ਸਾਡੇ ਪਿੰਡ ਨੇ ਰੱਤੂ ਜੰਮਿਆ ਸਾਡੇ ਪਿੰਡ ਨੇ ਰੂਬੀ ਜੰਮਿਆ ਪਰ ਕੋਈ ਗੱਲ ਨਹੀਂ ਨੌਜਵਾਨਾਂ ਉੱਠ ਕੋਈ ਗੱਲ ਨਹੀਂ ਬੰਦਾ ਜਿੱਤ ਵੀ ਜਾਂਦਾ ਤੇ ਬੰਦਾ ਹਾਰ ਵੀ ਜਾਂਦਾ ਤੇ ਚੌਹਾਨ ਸਾਹਿਬ ਕਹਿੰਦੇ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਮੋਠਾਂ ਵਾਲੇ ਵੱਲੋਂ ਸੋ ਸਾਹਮਣੇ ਦੇਖਦੇ ਵੀ ਅਗਲੀ ਰੇਡ ਮੈਨੂੰ ਨਕੋਦਰੀਆ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਪਾਉਂਦਾ ਹੋਇਆ ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜਾਵੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਦਾ ਵਾਰ ਬੀਤਾ ਡੇਰਾ ਪਠਾਣਾ ਦੇ ਨਾਲ ਹੋਇਆ ਮੁਕਾਬਲਾ ਔਰ ਪੁਆਇੰਟ ਇਸ ਵਕਤ ਫਿਰ ਸਟਾਪਰ ਵਾਸਤੇ ਸਾਰੰਗੜਾ
ਭੱਟੀਵਾਲ ਦੀ ਟੀਮ ਦਾ ਖਿਡਾਰੀ ਆ ਕਹਿੰਦੇ ਪੈਂਕੇ ਸ਼ੇਖੋ ਨੇ ਇਸ ਟੀਮ ਦੇ ਪ੍ਰਮੋਟਰ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੌਣੇ 3 ਲੱਖ ਦੀ ਰੇਡ ਪੁਆਈ ਹੈ ਉਸੇ ਟੀਮ ਦਾ ਖਿਡਾਰੀ ਹੈ ਅੱਜ ਜੱਗਾ ਦਿਓਲ ਵੀ ਯੂਰਪ ਦੇ ਵਿੱਚ ਤੱਕ ਰਿਹਾ ਹੈ ਇੱਧਰ ਨਿਰਮਲ ਅਗਲੀ ਰੇਡ ਪਾ ਰਿਹਾ ਹੈ ਜਾਫੀਆਂ ਦੇ ਵਿੱਚ ਨੌਜਵਾਨ ਪੋਲਾ ਜਲਾਲਪੁਰੀਆ ਨਾਲ ਹੀ ਨੌਜਵਾਨ ਕਿੰਦਾ ਟਿੱਬੇ ਵਾਲਾ ਕਿਹਦੇ ਨਾਲ ਮੁਕਾਬਲਾ ਹੁੰਦਾ ਹੈ ਆ ਪੋਲਾ ਜਲਾਲਪੁਰੀਆ ਪਾਲੇ ਜਲਾਲਪੁਰੀਏ ਦਾ ਪੇਂਡੂ ਜਿਹਦੇ ਪਿੰਡ ਨੂੰ ਅੱਜ ਪਾਲੇ ਕਰਕੇ ਜਾਣਿਆ ਜਾਂਦਾ ਕਰਿਓ ਜੀ ਇੰਦਰਜੀਤ ਜੀ ਹੈਰੀ ਦੀ ਗੱਲ ਲਓ ਜੀ ਚੌਹਾਨ ਸਾਹਿਬ ਇਹ ਨੌਜਵਾਨ ਹੈਰੀ ਦੇ ਨਾਮ ਦੇ ਨਾਲ ਮਸ਼ਹੂਰ ਜਲਾਲਪੁਰ ਪਿੰਡ ਨੂੰ ਮਸ਼ਹੂਰ ਕਰਨ ਵਾਲਾ ਔਰ ਵਿਸ਼ੇਸ਼ ਤੌਰ ਤੇ ਮੋਹਨ ਸਿੰਘ ਮਠਾਰੂ ਹੋਣਾ ਦਾ ਪਰਿਵਾਰ ਚਾਚਾ ਗੁਰਨਾਮ ਸਿੰਘ ਜੀ ਸ਼ਾਹ ਇੰਜੀਨੀਅਰ ਭੁਪਿੰਦਰ ਪਾਲ ਸਿੰਘ ਜੀ ਪੱਡਾ ਪਿਆਰਾ ਸਿੰਘ ਜੀ ਗਿੱਲ ਲੱਖਣ ਕੇ ਪੱਡਾ ਗੇਲਾ ਮਨਸੂਰਵਾਲ ਬਾਰੇ ਵਰਗੇ ਕਬੱਡੀ ਖਿਡਾਰੀ ਔਰ ਗੋਪੇ ਵਰਗੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਵੀਕੇ ਦੁਬਈ ਵਰਗੇ ਆਓ ਇਹ ਨੌਜਵਾਨ ਨਾਲ ਜੁੜੇ ਹੋਏ ਜੱਜ ਦੁਬਈ ਵਰਗੇ ਬੱਲੇ ਤੋਂ ਸਰਪੰਚ ਫੇਰੂ ਮਾਨ ਉਹ ਵੀ ਦਲਜੀਤ ਨਡਾਲੇ ਦੇ ਸੱਦੇ ਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਲੱਖਾ ਫੇਰੂ ਮਾਨ ਤੇ ਟਿੱਕਾ ਸਰਪੰਚ ਫੇਰੂ ਮਾਨ ਕਿਉਂਕਿ ਦਲਜੀਤ ਨਡਾਲੇ ਦੀਆਂ ਯਾਰੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਭੁੱਖੇ ਗਾਖਲ ਹੁਣੀ ਮਾਨ ਕਰਦੇ ਹੈ ਡੱਬੂ ਪਾਨਵਾ ਹੁਣੀ ਮਾਨ ਕਰਦੇ ਹੈ ਤੇ ਸਾਹਮਣੇ ਰੂਪਾ ਪੈਰੋਕੇ ਵਾਲਾ ਮਾਝੇ ਦੀ ਧਰਤੀ ਦਾ ਨੌਜਵਾਨ ਅਗਲੀ ਰੇਡ ਪਾਉਂਦਾ ਹੈ ਜਾਫੀਆਂ ਦੇ ਵਿੱਚ ਚਾਰੇ ਜਾਫੀ ਇੱਕ ਨੰਬਰ ਤੋਂ ਆਹ ਨੌਜਵਾਨ ਨੇ ਜੱਫਾ ਲਾਉਣ ਦਾ ਯਤਨ ਕੀਤਾ ਇਹ ਨੌਜਵਾਨ ਠਾੜੂ ਬੱਗਾ ਪਿੰਡੀਆ ਜਿੱਥੋਂ ਦੇ ਮੱਗੀ ਵਰਗੇ ਮਸ਼ਹੂਰ ਉੱਥੇ ਦਾ ਨੌਜਵਾਨ ਪਰ ਪੁਆਇੰਟ ਦੇਖਦੇ ਵੀ ਇਸ ਵਕਤ ਰੇਡਰ ਵਾਸਤੇ ਕਿ ਕਰਕੇ ਯਾਦਗਾਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਹੈ ਲਾਵੇ ਰੇਡਰ ਦੀ ਬਰੇਕ ਜਿੱਥੇ ਜਿੱਥੇ ਰੇਡਾਂ ਪੈਂਦੀਆਂ ਉੱਥੇ ਧਰਤੀ ਵਿੱਚ ਪੈਂਦੇ ਛੇਕ ਕਿ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ ਮੈਚ ਉਹਨੇ ਆਖਿਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਬੱਲੇ ਬੱਲੇ ਸਿੱਖ ਸਰਦਾਰ ਗੱਭਰੂ ਬੀਤੇ ਨਾਲ ਮੁਕਾਬਲਾ ਔਰ ਪੁਆਇੰਟ ਮੋਠਾਂ ਵਾਲ ਦੇ ਇਹ ਨੌਜਵਾਨ ਮੋਨੂ ਨਕੋਦਰੀਏ ਵਾਸਤੇ ਹਾਂਜੀ ਅਗਲੀ ਰੇਡ ਸ਼ੰਕਰ ਜਿਹਦਾ ਸੰਤਵਾਂ ਪਿੰਡ ਹੈ ਘਮਾਣਾ ਦੇ ਲਾਗੇ ਜਦੋਂ ਸ਼੍ਰੀ ਹਰਗੋਬਿੰਦਪੁਰ ਤੋਂ ਮਹਿਤੇ ਚੌਂਕ ਨੂੰ ਜਾਈਏ ਘਮਾਣਾ ਟੱਪ ਕੇ ਟਵਾਲਾ ਵਾਲੇ ਪੁੱਲ ਤੋਂ ਨਹਿਰ ਜਿਹੜੀ ਫਿਰ ਉਦਨਵਾਲ ਨੂੰ ਜਾਂਦੀ ਹੈ ਰਸਤੇ ਵਿੱਚ ਪਿੰਡ ਆਉਂਦਾ ਤੇ ਮੋਹਰੇ ਨਿੰਮਾ ਜਲਾਲਪੁਰੀਆ ਤਜਰਬੇਕਾਰ ਖਿਡਾਰੀ ਹੈ ਨਹੀਂ ਜੱਫਾ ਪਾ ਸਕਿਆ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਸੁੱਖਾ ਗਾਖਲ ਜੀ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਬੋਲਾਂ ਦਾ ਬਹੁਤ ਸਾਰਾ ਮਾਣ ਕਰਦੇ ਹੋਏ ਕਰਿਓ ਪੱਡਾ ਸਾਹਿਬ ਕਾਕੇ ਸ਼ਾਹਬਾਦੀਏ ਦੀ ਗੱਲ ਲਓ ਕਾਕਾ ਸ਼ਾਹਬਾਦਾ ਅਗਲੀ ਰੇਡ ਪਾਉਣ ਵਾਸਤੇ ਬੀਤਾ ਖੱਬੀ ਕੰਨੀ ਦੇ ਉੱਤੇ ਸੱਜੀ ਕੰਨੀ ਦੇ ਉੱਤੇ ਬੀਤਾ ਔਰ ਖੱਬੀ ਕੰਨੀ ਦੇ ਉੱਤੇ ਫਿਰ ਸਿੱਖ ਸਰਦਾਰ ਕਹਿੰਦਾ ਚੌੜੇ ਮਦਰੇ ਮਾਰਦਾ ਨੌਜਵਾਨ ਭੱਜ ਕੇ ਟੱਚ ਔਰ ਪੁਆਇੰਟ ਦੇਖਦੇ ਵੀ ਫਿਰ ਰੇਡਰ ਵਾਸਤੇ ਪੁਆਇੰਟ ਮੋਠਾਂ ਵਾਲ ਵਾਸਤੇ ਕਹਿੰਦੇ ਪੌੜ ਭੰਗੜਾ ਤੇ ਖੇਡਣੇ ਕਬੱਡੀਆਂ ਤੇ ਪੁੱਤ ਸਰਦਾਰਾਂ ਦੇ ਪੌੜ ਭੰਗੜਾ ਤੇ ਖੇਡਣੇ ਕਬੱਡੀਆਂ ਤੇ ਪੁੱਤ ਸਰਦਾਰਾਂ ਦੇ ਅੱਜ ਮੈਚ ਚੱਲਦਾ ਸੀ ਚੌਹਾਨ ਸਾਹਿਬ ਮੈਨੂੰ ਲੱਗਦਾ ਵੀ ਇਹਦਾ ਹਾਫ ਟਾਈਮ ਇਜ਼ ਓਵਰ ਅੱਧਾ ਸਮਾਂ ਸਮਾਪਤ ਹੈ ਹਾਂਜੀ ਕਰਤਾਰਪੁਰ ਤੇ ਬਾਬਾ ਹੰਦਾਲ ਕਲੱਬ ਬੋਪਾ ਰਾਏ ਦੋਨੇ ਟੀਮਾਂ ਮੈਦਾਨ ਦੇ ਵਿੱਚ ਆਉਣਗੀਆਂ ਨਾਲ ਹੀ ਇਸ ਇਲਾਕੇ ਦਾ ਮਹਾਨ ਖਿਡਾਰੀ ਆ ਤਲਵਿੰਦਰ ਸਿੰਘ ਸੋਨੂ ਜੰਪ 2004 ਦੀ ਗੱਲ ਜਲੰਧਰ ਦਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਜੋ ਹੋਇਆ ਉਹ ਕਬੱਡੀ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਗਿਆ ਹੈ ਜਿਸ ਧਰਤੀ ਤੇ ਬੈਠ ਕੇ ਮੈਂ ਸ਼ੇਰ ਲਿਖਿਆ ਸੀ ਕਿ ਪ੍ਰਦੇਸ਼ ਚੋਂ ਆਉਂਦੇ ਨੇ ਪ੍ਰਵਾਸੀ ਵੀਰੇ ਮਾਂ ਖੇਡ ਨਾਲ ਇਸ਼ਕ ਨਿਭਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਨੇ ਉਹ ਪੈਸੇ ਪਾਉਂਦੇ ਨੇ ਕਬੱਡੀ ਦਾ ਕਰਜ਼ ਚੁਕਾਉਣ ਦੇ ਲਈ ਥਾਂ ਥਾਂ ਹੁੰਦੇ ਖੇਡ ਮੇਲੇ ਇਹ ਹੈ ਡਾਲਰਾਂ ਤੇ ਪਾਉਂਡਾਂ ਦੀ ਸਾਰੀ ਕਹਾਣੀ ਜੀ ਮਾੜਾ ਦੇਖ ਕਿਸੇ ਨੂੰ ਹਸੀਏ ਦਾ ਟਿੱਚਰ ਕਰੀਏ ਨਾ ਬ੍ਰਹਮਚਾਰੀਆਂ ਨੂੰ ਠੋਕਰ ਲਾਈਏ ਨਾ ਸੰਤ ਫਕੀਰ ਤਾਈ ਸੱਪਾ ਨਾਲ ਨਾ ਲਾਈਏ ਯਾਰੀਆਂ ਨੂੰ ਛਾਲ ਮਾਰ ਕੇ ਖੂਹ ਨੂੰ ਟੱਪੀਏ ਨਾ ਡੂੰਘੇ ਪਾਣੀ ਨਾ ਲਾਈਏ ਤਾਰੀਆਂ ਨੂੰ ਕਹਿੰਦੇ ਖੁਦੀ ਖੁਦਾ ਦਾ ਵੈਰ ਹੁੰਦੀ ਮਾਰ ਪੈਂਦੀ ਹੈ ਸਦਾ ਹੰਕਾਰੀਆਂ ਨੂੰ ਕਿ ਦਵਾ ਨਾਲ ਨਾ ਹੁੰਦਾ ਦੁਆਓ ਕੰਮ ਕਰਦੀ ਕਿ ਮੋੜੇ ਰੱਬ ਨਾ ਕਦੇ ਮੁਰਸ਼ਦ ਦੀਆਂ ਅਰਜ਼ਾਂ ਗੁਜ਼ਾਰੀਆਂ ਨੂੰ ਮੋੜੇ ਰੱਬ ਨਾ ਕਦੇ ਮੁਰਸ਼ਦ ਦੀਆਂ ਅਰਜ਼ਾਂ ਗੁਜ਼ਾਰੀਆਂ ਨੂੰ ਸਾਡੇ ਨਿਰਮਲ ਸਿੰਘ ਜੀ ਪੱਪੀ ਸੀਕਰੀ
संदीप सिंह राजा ते नूरा सीकरी। अगलियां टीमां करतारपुर ते बोपा राय पहले सैमीफाइनल दे लई जल्दी तो जल्दी मैदान दे विच आ जाण। करतारपुर ते बोपा राय दोनों टीमां मैदान दे विच आउणगियां। निर्मल सारंगड़े वाले दी कबड्डी है, अज बागड़ियां वाला काला भी खुश है कि दुनिया के स्टार इत्थे पहुंचे होए है। ते काला जी सिंह काला साहब किथे गए है उन्हां नूं मुबारकां दईए। ते सामने चार जाफियां दी घुमदी होई चैन नवदीप सिंह जी प्रधान साहब गोपी पंडा जी हंदाल क्लब बोपा राय और कबड्डी क्लब करतारपुर। पांच मिनट का समा दिता जा रहा साढ़े काले बागड़िया वालों भी पांच मिनट के दोनों टीम मैदान के रिपोर्ट कर। आओ अगली रेड मैदान सामने जंटी जलालपुरिया अगली रेड पाउंदा है उत्थे साडे बाबा दलवीर सिंह जी बोटर साडा ते भरा आ लोकी बाबा कहिंदे आ। आओ दलवीर सिंह जी बोटर साहब बहुत सारा मान बहुत सारा सत्कार जमले जट की याद आ जाती है इन्हां नूं देख के। अगली रेड पाउण दे लई रूपा बैरो के वाला करो बैरो के दे रूपे दी अगली रेड ग्राउंड दे विच पै चुकी और चारे नौजवान उत्ते बोलिया होया धावा इस कबड्डी दे खिडारी दा और बाज वर्गा कबरू दो नंबर दे उत्ते करदा होया टच पर पॉइंट देखदे वे रेडर फिर सफलता हासिल करदा होया पॉइंट हासिल करन दे विच तारा भगवानपुरिया ते हरजिंदर भगवानपुरिया भी खुश ने। ते सामने नौजवान अगली रेड पाउण दे लई जेंटी बिल्कुल तैयार वर तैयार चमकता होया पिंडा जाफियां दे विच किंदा एक पासे चौड़े मदरे वाला नाल ही अजमेर खजाले वाला बीते दे नाल मुकाबला हो गया। बल्ले बल्ले पारा श्री अमिता हल्की जी मारदा पुछो ताड़ी मार दो पंजाबी वीरो बहुत सोहणा बल्ले 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 हो गई है पॉइंट रेडर दा हो गया। करो इंद्रजीत जी अगली गल संधवा पिंड दा शंकर जो है ਉਹ ਅਗਲੀ ਰੇਡ ਪਾਉਣ ਵਾਸਤੇ ਮੈਦਾਨ ਦੇ ਵਿੱਚ ਰੱਖਦਾ ਹੋਇਆ ਕਦਮ ਔਰ ਚਾਰੇ ਜਾਫੀ ਦੇਖਦੇ ਹੋਏ ਰਿੱਕੀ ਵਰਗੇ ਸੁੱਖੇ ਵਰਗੇ ਠਾਣੇ ਵਰਗੇ ਕਿੰਦੇ ਵਰਗੇ ਚਾਰਾਂ ਜਾਫੀਆਂ ਦੇ ਵਿੱਚ ਕੌਣ ਇਸ ਗਬਰੂ ਨੂੰ ਡੱਕ ਪਾਵੇਗਾ ਸਮਾਂ ਕਿਹਦੇ ਅੱਜ ਗੱਲ ਕਰੇਗਾ ਬੱਲੇ ਬੱਲੇ ਨਡਾਲੇ ਦੀਆਂ ਗਲੀਆਂ ਦੇ ਵਿੱਚ ਕਿਹਦੀ ਗੱਲ ਹੋਵੇਗੀ ਲੈ ਵੀ ਨੌਜਵਾਨਾਂ ਨਾਮ ਦੱਸ ਵੀ ਕਬੱਡੀ ਦੇ ਖਿਡਾਰੀ ਦਾ ਬੜੀ ਪਿਆਰੀ ਖੇਡ ਇਸ ਕਬੱਡੀ ਦੇ ਖਿਡਾਰੀ ਦੀ ਆਹ ਦੇਖ ਲਓ ਸਾਹਮਣੇ ਲੱਗੀ ਹੋਈ ਮਿੱਟੀ ਕਿ ਪੰਜਾ ਸਾਹਿਬ ਦਾ ਕਦੇ ਇਤਿਹਾਸ ਪੜ੍ਹ ਲਓ ਡੱਕਾ ਚੱਲਦੀਆਂ ਗੱਡੀਆਂ ਨੂੰ ਲਾ ਦੇਈਏ ਇੱਕ ਵਾਰੀ ਤਾੜੀ ਮਾਰ ਦਿਓ ਪੰਜਾਬੀ ਦੀ ਹੌਸਲੇ ਬੰਦ ਕਰਕੇ ਉਹ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਇਹ ਰਿੱਕੀ ਨੇ ਜੱਫਾ ਲਾਇਆ ਹੈ ਬਹੁਤ ਸੋਹਣਾ ਜੱਫਾ ਰਿੱਕੀ ਦਾ ਪਾਉਣ ਦੇ ਲਈ ਜੈਂਟੀ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਅੱਜ ਰੁਪਿੰਦਰ ਜਲਾਲ ਵੀ ਆਇਆ ਹੈ ਤੇ ਸੱਚ ਦਾ ਪੁਜਾਰੀ ਅਮਨ ਲੋਪੋ ਵੀ ਆਇਆ ਜਿਹਨੂੰ ਮੈਂ ਕਹਿਣਾ ਹੁੰਦਾ ਕਿ ਇੰਨਾ ਸੱਚ ਨਾ ਬੋਲ ਕੱਲਾ ਹੀ ਰਹਿ ਜਾਵੇਂ ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ ਤੇ ਸਾਹਮਣੇ ਲੱਗਦਾ ਹੋਇਆ ਜੱਫਾ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਕਿਹਨੇ ਜੱਫਾ ਲਾਇਆ ਨੌਜਵਾਨੋ ਗੁਰਨਾਮ ਸਿੰਘ ਸ਼ਾਹ ਲੱਖਣਗੇ ਪੱਡੇ ਵੱਲੋਂ 1000 ਰੁਪਇਆ ਜਿਸ ਬੱਚੀ ਨੇ ਵੇਟ ਚੱਕਿਆ ਔਰ ਜਸਪਾਲ ਸਿੰਘ ਜੀ ਤਾਰਪੁਰ ਕਹਿੰਦੇ ਵੀ ਇਸ ਟੀਮ ਦੇ ਸਪਾਂਸਰ ਨੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਦੇ ਪਿੰਕਾ ਸੇਖੋ ਵਰਗੇ ਜਿਹਨਾਂ ਹੋਲੈਂਡ ਦੀ ਧਰਤੀ ਦੇ ਉੱਤੇ ਮੈਨੂੰ ਵੀ ਇੰਟਰਨੈਸ਼ਨਲ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਆਓ ਦੇਖਾਂਗੇ ਵੀ ਜੋ ਅਗਲੀ ਰੇਡ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਲਾਲ ਰੰਗ ਦੇ ਨਿੱਕਰ ਦੇ ਵਿੱਚ ਨਿਰਮਲ ਲੋਪੋ ਕੇ ਤੋਂ ਸਾਹਮਣੇ ਫਤਿਹਗੜ੍ਹ